हिमाचल प्रदेश ਦੀ ਰਾਜਤਨੀ Shimla ਦੇ ਖਲੀਨੀ ਇਲਾਕੇ 'ਚ ਪੈਂਦੇ Changiari 'ਚ Himachal Pradesh Road Transport Corporation ਦੀ ਇੱਕ ਸਕੂਲੀ ਬੱਸ ਡੂੰਗੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਦੋ ਬੱਚਿਆਂ ਤੇ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ 7 ਬੱਚੇ ਜ਼ਖਮੀ ਹੋ ਗਏ। ਮ੍ਰਿਤਕ ਬੱਚਿਆਂ ਦੀ ਪਛਾਣ ਮਹਿਲ ਅਤੇ ਮਾਨਿਆ ਅਤੇ ਬੱਸ ਚਾਲਕ ਦੀ ਪਛਾਣ ਨਰੇਸ਼ ਦੇ ਰੂਪ ਵਿੱਚ ਹੋਈ ਹੈ। ਜ਼ਖਮੀ ਬੱਚਿਆਂ ਨੂੰ ਇਲਾਜ ਲਈ IGMC Shimla 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੇ ਪਿੱਛੇ ਦਾ ਕਾਰਨ ਸੜਕ ਕਿਨਾਰੇ ਗੈਰਕਾਨੂੰਨੀ ਪਾਰਕਿੰਗ ਨੂੰ ਦੱਸਿਆ ਜਾ ਰਿਹਾ ਹੈ। ਕਿਉਂਕਿ ਥਾਂ ਘੱਟ ਹੋਣ ਕਾਰਨ ਚਾਲਕ ਸੜਕ ਤੇ ਮੋੜ ਨੂੰ ਪੂਰਾ ਨਹੀਂ ਕੱਟ ਸਕਿਆ ਤੇ ਬੱਸ ਬੇਕਾਬੂ ਹੋ ਕੇ ਡੂੰਗੀ ਖੱਡ ਵਿੱਚ ਜਾ ਡੇਗੀ ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਮੌਕੇ ਤੇ ਲਗਭਗ 3 ਦਰਜਨ ਵਾਹਨਾਂ ਦੀ ਭੰਨ ਤੋੜ ਕੀਤੀ ਉਧਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਹਾਦਸੇ ਦੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ